इस दे विच कोई दो राय नहीं है कि कनेडा एक बहुत सोहना देश है ते इत्थे काफी सारियां अजिहियां चीजां ने जिहड़ियां हर किसे नूं अपने वल खिंचदियां ने। उच्चे उच्चे पहाड़ नाइगरा फॉल अटावा ते ट्रांटो वर्गे बहुत ही डिवेलप देश है, सारियां चीजां तुहानूं कनेडा दे विच देखण नूं मिल जाणगियां। इही कारण करके वड्डे वड्डे बिजनेसमैन ते बॉलीवुड दे एक्टर कनेडा दी नागरिकता लै चुके ने, करके अपने विचों भी बहुत सारे लोकां दा ते खास करके पंजाबियां दी इह इक दिली ख्वाहिश हुंदी है कि उहनां नूं कनेडा दी पीआर जां कहीए कनेडा दी सिटीजनशिप मिल जावे। इह गल भी इत्थे बिलकुल सच है कि चाहे कोई देश किन्ना भी डिवेलप क्यों ना होवे उसके अंदर भी बहुत सारियां कमियां होंदियां ने, जिहियां बहुत सारियां खामियां कनेडा दे विच भी हन। अज दी इस वीडियो नूं लास्ट तक जरूर देखना, तुसीं उहनां बारे जाण के हैरान रह जाओगे। हर साल तकरीबन 5 लाख लोग कनेडा की नागरिकता ले रहे हैं, हजारा ही लोग कनेडा की नागरिकता हर साल छड भी रहे हैं। तो ये लोग कनेडा छड के जां तां अपने अपने देश वापस जा रहे हैं जां फिर किसी होर देशां दे विच सैटल हो रहे हैं। जेकर तुसीं कनेडा दे विच रहण लई जांदे हो तो उत्थों की नागरिकता लैना तुहाडा उद्देश है, तो सब तो पहला जिहड़ी तुहानूं उत्थे प्रॉब्लम का सामना करना पवेगा वह होगा घर, क्योंकि कनेडा दे विच घरां दी कीमत बहुत ज्यादा है। इस करके इत्थे आम इंसान आसानी दे नाल अपना घर नहीं खरीद सकता। इंडिया दे विच इक वधिया घर 50 से 60 लाख रुपये ਦੀ ਕੀਮਤ ਦੇ ਵਿੱਚ ਬਣ ਜਾਂਦਾ ਹੈ, ਤੇ ਕੈਨੇਡਾ ਦੇ ਵਿੱਚ ਜੇਕਰ ਤੁਸੀਂ ਐਡਾ ਹੀ ਘਰ ਲੈਣਾ ਹੋਵੇ ਤਾਂ ਉਸ ਦੀ ਘੱਟੋ ਘੱਟ ਕੀਮਤ 2 ਕਰੋੜ ਦੇ ਆਸ-ਪਾਸ ਹੋਵੇਗੀ। ਤੇ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਸਟੂਡੈਂਟ ਆਏ ਹੋ ਜਾਂ ਨਵੇਂ ਆਏ ਹੋ ਤਾਂ ਤੁਸੀਂ ਇੰਨਾ ਖਰਚਾ ਅਫੋਰਡ ਹੀ ਨਹੀਂ ਕਰ ਸਕਦੇ ਘਰ ਖਰੀਦਣ ਦੇ ਲਈ। ਇਸ ਲਈ ਤੁਹਾਨੂੰ ਕਿਰਾਏ ਦੇ ਉੱਪਰ ਘਰ ਲੈ ਕੇ ਰਹਿਣਾ ਪਵੇਗਾ, ਤੇ ਇੱਥੇ ਕਿਰਾਏ ਦੇ ਉੱਪਰ ਘਰ ਲੈਣਾ ਵੀ ਬਹੁਤ ਜ਼ਿਆਦਾ ਔਖਾ ਹੈ, ਕਿਉਂਕਿ ਉਸ ਦਾ ਰੈਂਟ ਹੀ ਬਹੁਤ ਜ਼ਿਆਦਾ ਹੁੰਦਾ ਹੈ। ਇਸ ਤੋਂ ਬਾਅਦ ਕੈਨੇਡਾ ਦੇ ਵਿੱਚ ਜਿਹੜੀ ਦੂਜੀ ਸਭ ਤੋਂ ਵੱਡੀ ਸਮੱਸਿਆ ਹੈ ਉਹ ਹੈ ਹੈਲਥ ਦੀ। ਇਹ ਕਹਿਣਾ ਗਲਤ ਹੋਵੇਗਾ ਕਿ ਕੈਨੇਡਾ ਦਾ ਹੈਲਥ ਸਿਸਟਮ ਖਰਾਬ ਹੈ। ਕੈਨੇਡਾ ਦਾ ਹੈਲਥ ਸਿਸਟਮ ਦੁਨੀਆ ਦੇ ਬੈਸਟ ਹੈਲਥ ਕੇਅਰ ਸਿਸਟਮ ਦੇ ਵਿੱਚੋਂ ਟੌਪ 10 ਦੇ ਵਿੱਚ ਆਉਂਦਾ ਹੈ, ਪਰ ਫਿਰ ਵੀ ਕੈਨੇਡਾ ਦੇ ਹੈਲਥ ਕੇਅਰ ਸਿਸਟਮ ਦੇ ਵਿੱਚ ਅਜਿਹੀਆਂ ਕਮੀਆਂ ਨੇ ਜਿਸ ਦਾ ਖਮਿਆਜਾ ਆਮ ਨਾਗਰਿਕ ਨੂੰ ਭੁਗਤਣਾ ਪੈਂਦਾ ਹੈ। ਕੈਨੇਡਾ ਦੇ ਵਿੱਚ ਹੈਲਥ ਕੇਅਰ ਸਿਸਟਮ ਨੂੰ ਉੱਥੇ ਮੈਡੀਕੇਅਰ ਕਿਹਾ ਜਾਂਦਾ ਹੈ, ਤੇ ਇਹ ਬਿਲਕੁਲ ਫ੍ਰੀ ਹੈ, ਯਾਨੀ ਕਿ ਉੱਥੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕਿੰਨੀ ਵੀ ਵੱਡੀ ਬਿਮਾਰੀ ਕਿਉਂ ਨਾ ਲੱਗ ਜਾਵੇ ਤੁਹਾਡਾ ਇਲਾਜ ਬਿਲਕੁਲ ਫ੍ਰੀ ਹੋਵੇਗਾ, ਕਿਉਂਕਿ ਤੁਸੀਂ ਹਰ ਸਾਲ ਬਹੁਤ ਮੋਟਾ ਟੈਕਸ ਦਿੰਦੇ ਹੋ ਇਹ ਹੈਲਥ ਕੇਅਰ ਦੇ ਲਈ। ਪਰ ਇਹ ਹੈਲਥ ਕੇਅਰ ਸਿਸਟਮ ਦਾ ਲਾਭ ਤੁਹਾਨੂੰ ਉਦੋਂ ਹੀ ਮਿਲੇਗਾ ਜਦੋਂ ਤੁਸੀਂ ਕੈਨੇਡਾ ਦੇ ਨਾਗਰਿਕ ਹੋਵੋਗੇ ਜਾਂ ਤੁਹਾਡੇ ਕੋਲ ਕੈਨੇਡਾ ਦੀ ਪੀਆਰ ਹੋਵੇਗੀ। ਤੇ ਕੈਨੇਡਾ ਦੀ ਪੀਆਰ ਜਾਂ ਕਹੀਏ ਕੈਨੇਡਾ ਦੀ ਨਾਗਰਿਕਤਾ ਇੰਨੀ ਜਲਦੀ ਨਹੀਂ ਮਿਲਦੀ, ਉਸ ਦੇ ਲਈ ਇਮੀਗ੍ਰੇਟਸ ਨੂੰ ਕਈ ਕਈ ਸਾਲ ਇੰਤਜ਼ਾਰ ਕਰਨਾ ਪੈਂਦਾ ਹੈ। ਤੇ ਇਹੀ ਸਮੇਂ ਦੇ ਦੌਰਾਨ ਜੇਕਰ ਇਹਨਾਂ ਦੇ ਵਿੱਚੋਂ ਕੋਈ ਇਮੀਗ੍ਰੇਟਸ ਜਾਂ ਕਹੀਏ ਪ੍ਰਵਾਸੀ ਬਿਮਾਰ ਹੋ ਜਾਂਦਾ ਹੈ ਤਾਂ ਉਸ ਨੂੰ ਇਹ ਫ੍ਰੀ ਹੈਲਥ ਕੇਅਰ ਦੀ ਸਹੂਲਤ ਨਹੀਂ ਮਿਲਦੀ, ਕਿਉਂਕਿ ਫ੍ਰੀ ਹੈਲਥ ਕੇਅਰ ਦਾ ਲਾਭ ਕੈਨੇਡਾ ਦੇ ਸਿਟੀਜ਼ਨ ਜਾਂ ਕੈਨੇਡਾ ਦੇ ਪੀਆਰ ਨੂੰ ਹੀ ਮਿਲਦਾ ਹੈ। ਇਸ ਲਈ ਜੇਕਰ ਤੁਸੀਂ ਕੈਨੇਡਾ ਦੇ ਸਿਟੀਜ਼ਨ ਜਾਂ ਪੀਆਰ ਨਹੀਂ ਹੋ ਤਾਂ ਤੁਹਾਨੂੰ ਆਪਣਾ ਇਲਾਜ ਕੈਨੇਡਾ ਦੇ ਵਿੱਚ ਕਰਾਉਣ ਦੇ ਲਈ ਬਹੁਤ ਜ਼ਿਆਦਾ ਮੋਟਾ ਖਰਚਾ ਕਰਨਾ ਪਵੇਗਾ, ਕਿਉਂਕਿ ਕੈਨੇਡਾ ਦਾ ਇਲਾਜ ਏਸ਼ੀਅਨ ਦੇਸ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਮਹਿੰਗਾ ਹੈ, ਕਿਉਂਕਿ ਕੈਨੇਡਾ ਦਾ ਕਾਨੂੰਨ ਹੈ ਕਿ ਉੱਥੇ ਟੂਰਿਸਟ ਅਤੇ ਵੈਸਟਰ ਨੂੰ ਹੈਲਥ ਕੇਅਰ ਸਿਸਟਮ ਫ੍ਰੀ ਦੇ ਵਿੱਚ ਨਹੀਂ ਦਿੱਤਾ ਜਾਂਦਾ। ਇੱਕ ਹੋਰ ਸਮੱਸਿਆ ਇੱਥੇ ਇਹ ਹੈ ਕਿ ਜਿਵੇਂ ਕਿ ਦੂਜੇ ਦੇਸ਼ਾਂ ਦੇ ਵਿੱਚ ਜਾਂ ਇੰਡੀਆ ਵਿੱਚ ਵੀ ਤੁਸੀਂ ਆਪਣੀ ਬਿਮਾਰੀ ਦਾ ਇਲਾਜ ਆਪਣੇ ਮਨਪਸੰਦ ਦੇ ਡਾਕਟਰ ਤੋਂ ਜਾਂ ਕਿਸੇ ਸਪੈਸ਼ਲਿਸਟ ਤੋਂ ਕਰਵਾ ਸਕਦੇ ਹੋ, ਪਰ ਕੈਨੇਡਾ ਦੇ ਵਿੱਚ ਤੁਸੀਂ ਅਜਿਹਾ ਬਿਲਕੁਲ ਵੀ ਨਹੀਂ ਕਰ ਸਕਦੇ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕੈਨੇਡਾ ਦੇ ਵਿੱਚ ਉਦੋਂ ਤੱਕ ਤੁਸੀਂ ਆਪਣਾ ਇਲਾਜ ਕਿਸੇ ਐਕਸਪਰਟ ਤੋਂ ਨਹੀਂ ਕਰਵਾ ਸਕਦੇ ਜਦੋਂ ਤੱਕ ਤੁਹਾਡੀ ਹਾਲਤ ਐਮਰਜੈਂਸੀ ਵਾਲੀ ਨਾ ਹੋ ਜਾਵੇ, ਯਾਨੀ ਕਿ ਜਦੋਂ ਤੱਕ ਤੁਸੀਂ ਮਰਨ ਕੰਢੇ ਨਹੀਂ ਪਹੁੰਚੋਗੇ ਉਦੋਂ ਤੱਕ ਤੁਹਾਨੂੰ ਐਕਸਪਰਟ ਦੇ ਕੋਲ ਨਹੀਂ ਭੇਜਿਆ ਜਾਵੇਗਾ। ਉਸ ਤੋਂ ਪਹਿਲਾਂ ਤੁਹਾਨੂੰ ਕੈਨੇਡਾ ਦੇ ਵਿੱਚ ਆਪਣਾ ਇਲਾਜ ਸਧਾਰਨ ਡਾਕਟਰ ਤੋਂ ਹੀ ਕਰਾਉਣਾ ਪਵੇਗਾ। ਇਸ ਕਰਕੇ ਜ਼ਿਆਦਾਤਰ ਕੈਨੇਡਾ ਦੇ ਵਿੱਚ ਲੋਕ ਆਪਣਾ ਇਲਾਜ ਜਰਨਲ ਫਿਜ਼ੀਸ਼ੀਅਨ ਜਾਂ ਜਰਨਲ ਡਾਕਟਰ ਤੋਂ ਹੀ ਕਰਵਾਉਂਦੇ ਨੇ। ਤੁਸੀਂ ਆਪਣੇ ਫਿਜ਼ੀਸ਼ੀਅਨ ਦੀ ਰੈਫਰੈਂਸ ਤੋਂ ਬਿਨਾਂ ਕਿਸੇ ਐਕਸਪਰਟ ਡਾਕਟਰ ਦੇ ਕੋਲੋਂ ਆਪਣਾ ਇਲਾਜ ਨਹੀਂ ਕਰਵਾ ਸਕਦੇ। ਇਹ ਇੱਕ ਬਹੁਤ ਵੱਡੀ ਸਮੱਸਿਆ ਹੈ ਜਿਹੜੀ ਇਮੀਗ੍ਰੈਂਟਸ ਨੂੰ ਝੱਲਣੀ ਪੈਂਦੀ ਹੈ, ਕਿਉਂਕਿ ਇੰਡੀਆ ਦੇ ਵਿੱਚੋਂ ਵੀ ਬਹੁਤ ਸਾਰੇ ਬਜ਼ੁਰਗ ਲੋਕ ਹਰ ਸਾਲ ਕੈਨੇਡਾ ਦੇ ਵਿੱਚ ਆਪਣੇ ਬੱਚਿਆਂ ਨੂੰ ਮਿਲਣ ਲਈ ਜਾਂਦੇ ਨੇ। ਰੱਬ ਨਾ ਕਰੇ ਕਿ ਇਹਨਾਂ ਦੇ ਵਿੱਚੋਂ ਕਿਸੇ ਦੀ ਸਿਹਤ ਖਰਾਬ ਹੋ ਜਾਂਦੀ ਹੈ ਤਾਂ ਕੈਨੇਡਾ ਦੇ ਵਿੱਚ ਉਹਨਾਂ ਦਾ ਇਲਾਜ ਕਰਾਉਣਾ ਬਹੁਤ ਜ਼ਿਆਦਾ ਮਹਿੰਗਾ ਤੇ ਇੱਥੋਂ ਤੱਕ ਕਿ ਨਾਮੁਮਕਿਨ ਹੈ। ਇਸ ਤੋਂ ਅਗਲੀ ਜਿਹੜੀ ਕੈਨੇਡਾ ਦੇ ਵਿੱਚ ਹੁਣ ਇੱਕ ਬਹੁਤ ਵੱਡੀ ਸਮੱਸਿਆ ਸਾਹਮਣੇ ਆ ਰਹੀ ਹੈ, ਉਹ ਹੈ ਬੇਰੁਜ਼ਗਾਰੀ ਦੀ। ਬੇਰੁਜ਼ਗਾਰੀ ਦੀ ਸਮੱਸਿਆ ਹੁਣ ਤਕਰੀਬਨ ਸਾਰੇ ਹੀ ਦੇਸ਼ਾਂ ਦੇ ਵਿੱਚ ਹੈ। ਜੇਕਰ ਆਪਾਂ ਗੱਲ ਕਰੀਏ ਕੈਨੇਡਾ ਦੀ ਤਾਂ ਇੱਥੇ ਇਹ ਸਮੱਸਿਆ ਇਸ ਕਰਕੇ ਵੀ ਜ਼ਿਆਦਾ ਹੈ ਕਿਉਂਕਿ ਹਰ ਸਾਲ 5 ਲੱਖ ਲੋਕ ਕੈਨੇਡਾ ਦੇ ਵਿੱਚ ਨਵੇਂ ਆ ਜਾਂਦੇ ਨੇ। ਇਸ ਕਰਕੇ ਕੈਨੇਡਾ ਦੀ ਆਬਾਦੀ ਲਗਾਤਾਰ ਵੱਧ ਰਹੀ ਹੈ ਤੇ ਕੰਮ ਘਟ ਰਹੇ ਨੇ। ਜਿਹੜੇ ਜ਼ਿਆਦਾਤਰ ਲੋਕ ਕੈਨੇਡਾ ਦੇ ਵਿੱਚ ਜਾ ਰਹੇ ਨੇ ਉਹ ਡਿਪਲੋਮਾ ਤੇ ਡਿਗਰੀ ਹੋਲਡਰ ਹੁੰਦੇ ਨੇ। ਬੇਰੁਜ਼ਗਾਰੀ ਦੀ ਸਮੱਸਿਆ ਅਕਸਰ ਆਬਾਦੀ ਦੇ ਵਧਣ ਦੇ ਕਾਰਨ ਹੀ ਹੁੰਦੀ ਹੈ, ਕਿਉਂਕਿ ਕੈਨੇਡਾ ਦੇ ਵਿੱਚ ਹਰ ਸਾਲ ਬਹੁਤ ਸਾਰੇ ਲੋਕ ਸਿਰਫ ਕੰਮ ਦੀ ਭਾਲ ਵਿੱਚ ਹੀ ਜਾਂਦੇ ਨੇ। ਇਸ ਕਾਰਨ ਕੈਨੇਡਾ ਦੇ ਵਿੱਚ ਹਰ ਸਾਲ ਤਕਰੀਬਨ 5.4% ਲੋਕ ਬੇਰੁਜ਼ਗਾਰ ਹੋ ਰਹੇ ਨੇ। ਇਸ ਦਾ ਇੱਕ ਬਹੁਤ ਵੱਡਾ ਕਾਰਨ ਇਹ ਵੀ ਹੈ ਕਿ ਦੂਜੇ ਦੁਨੀਆ ਦੇ ਕਿਸੇ ਵੀ ਦੇਸ਼ ਦੇ ਵਿੱਚ ਤੁਸੀਂ ਆਪਣੀ ਮਨਪਸੰਦ ਦੀ ਨੌਕਰੀ ਕਰ ਸਕਦੇ ਹੋ, ਪਰ ਕੈਨੇਡਾ ਦੇ ਵਿੱਚ ਅਜਿਹਾ ਨਹੀਂ ਹੈ। ਜਿਵੇਂ ਕਿ ਇੰਡੀਆ ਦੇ ਵਿੱਚ ਕੋਈ ਵੀ ਇਨਸਾਨ ਮੈਡੀਕਲ ਦੀ ਪੜ੍ਹਾਈ ਕਰਕੇ ਡਾਕਟਰ ਬਣ ਜਾਂਦਾ ਹੈ ਤੇ ਉਸ ਨੂੰ ਹਸਪੀਟਲ ਚਲਾਉਣ ਦਾ ਲਾਇਸੈਂਸ ਇੰਡੀਆ ਦੀ ਸਰਕਾਰ ਦੇ ਦਿੰਦੀ ਹੈ। ਉਸ ਤੋਂ ਬਾਅਦ ਉਹ ਇਨਸਾਨ ਕਾਨੂੰਨੀ ਤੌਰ ਤੇ ਆਪਣਾ ਹਸਪਤਾਲ ਚਲਾ ਸਕਦਾ ਹੈ, ਤੇ ਕੈਨੇਡਾ ਦੇ ਵਿੱਚ ਵੀ ਜੇਕਰ ਕੋਈ ਮੈਡੀਕਲ ਦੀ ਪੜ੍ਹਾਈ ਕਰਦਾ ਹੈ ਤਾਂ ਉਸ ਨੂੰ ਲਾਇਸੈਂਸ ਕੈਨੇਡਾ ਦੀ ਸਰਕਾਰ ਦਿੰਦੀ ਹੈ। ਪਰ ਇੰਡੀਆ ਦੇ ਮੁਕਾਬਲੇ ਕੈਨੇਡਾ ਦੇ ਵਿੱਚ ਮੈਡੀਕਲ ਦਾ ਲਾਇਸੈਂਸ ਲੈਣਾ ਬਹੁਤ ਵੱਡੀ ਗੱਲ ਤੇ ਬਹੁਤ ਜ਼ਿਆਦਾ ਮੁਸ਼ਕਲ ਹੈ। ਇਸ ਲਈ ਕੈਨੇਡਾ ਦੇ ਵਿੱਚ ਡਾਕਟਰ ਤੱਕ ਵੀ ਟੈਕਸੀ ਚਲਾਉਣ ਦੇ ਲਈ ਮਜਬੂਰ ਹੋ ਜਾਂਦੇ ਨੇ ਜਦੋਂ ਤੱਕ ਉਹਨਾਂ ਨੂੰ ਲਾਇਸੈਂਸ ਨਹੀਂ ਮਿਲਦਾ।
कि जी कनेडा दे विच बहुत ज़्यादा वड्डी समस्या है वह है जी इत्थे कंपनियां दी मोनोपोली। इस दे कारण ही कनेडा दे विच बेरोजगारी ते महंगाई दिन पर दिन वध रही है। हुण एक होर भी खबर सामने आ रही है कि यूक्रेन के बहुत सारे शरणार्थियों नूं कनेडा अपने देश दे विच सिटीजनशिप देण जा रहा है। इस कारण भी कनेडा दे विच होर लोक आउणगे ते उत्थे बेरोजगारी की समस्या ते महंगाई की समस्या होर ज़्यादा वधेगी। इत्थे कंपनियां इस तरह के नाल बिजनेस करदियां ने कि मार्केट दे विच उन्हां दी ही मोनोपोली बनी रहिंदी है ते फिर वह अपनी पसंद दे नाल ही अपने प्रोडक्ट दीआं कीमतां वधाउंदियां रहिंदियां ने, जिस दे कारण इत्थे महंगाई वधदी जांदी है। कनेडा दे विच जेकर तुसीं बैंकां तों लोन लैंदे हो तां उस दे उप्पर तुहानूं ब्याज देना पवेगा ते दूजे पासे जेकर तुसीं कनेडा दे विच अपना कैश बैंक दे विच जमा कराउंदे हो तां उस दे उप्पर बैंक तुहानूं ब्याज बिल्कुल भी नहीं देवेगा। अजिहा उत्थे बैंकां दी मोनोपोली दे कारण ही है। इस तों कुझ अगे चलीए तां कनेडा अज तों कुझ साल पहलां तक बहुत ज़्यादा शांति वाला देश सी ते इत्थे किसे भी तरह का कोई भी अपराध नहीं सी, पर अज दे टाइम कनेडा दे विच भ्रष्टाचार ते अपराध बहुत तेजी दे नाल अगे वध रहा है। पहलां कनेडा दे विच बहुत घट क्राइम सी जिस करके दूजे देशों तों भी लोग इत्थे आके वसना पसंद करते सन, पर हुण कनेडा दे विच बाहरी लोग जिन्हां दे विच खासकर एशियन ते मुसलमान आउंदे ने उन्हां नूं हेट क्राइम का सामना कनेडा दे विच करना पै रहा है। 2023 दे जेकर आपां क्राइम डेटा की गल करिए 150 देशों की लिस्ट दे विच कनेडा का नंबर 79वां है ते इह क्राइम रेट दे विच हर साल लगातार 3% का वाधा भी हो रहा है। कनेडा दे विच हुण कतल करने, बैंकां लुटणियां ते अमरीका वांगू मास शूटिंग करनी एक आम गल हो गई है। पिछले कुछ सालों दे विच कनेडा दे वड्डे शहर सरी, विनीपेग ते वैनकूवर दे विच अपराध दर काफ़ी ज़्यादा वधी है। अजिहा नहीं है कि सारे कनेडा दे विच अजिहे हालात ने, हजे भी कई थावां कनेडा दे विच अजिहियां ने जिथे अपराध बिल्कुल ना दे बराबर है। इस तों बिना कनेडा दे विच रहण दे लई तुहानूं होर जिहड़ी बहुत वड्डी समस्या का सामना करना पवेगा वह है लैंग्वेज। तुहानूं लगता होवेगा कि कनेडा दे विच हर जगह ते अंग्रेजी बोली जाती है, तुसीं आसानी दे नाल अंग्रेजी सीख के कनेडा दे विच जाके सरवाइव कर सकते हो, पर अजिहा नहीं है। कनेडा दे विच अंग्रेजी जिन्नी ही फ्रेंच भी बोली जाती है, इत्थों तक कि कनेडा की 40% आबादी फ्रेंच नूं ही समझदी है ते फ्रेंच ही उन्हां दी पहली भाषा भी है। कनेडा दे लोकां नूं अंग्रेजी बिल्कुल भी नहीं आउंदी, इत्थों दे स्कूल ते यूनिवर्सिटी दे विच भी फ्रेंच लैंग्वेज दे विच ही पढ़ाई कराई जाती है। जिहड़ा इंसान इंडिया जां दक्षिणी एशिया तों जांदा है उस नूं तां फ्रेंच बिल्कुल भी नहीं आउंदी, इस करके तुहानूं कनेडा दे विच लैंग्वेज दी भी काफ़ी ज़्यादा प्रॉब्लम आ सकती है। हालांकि कनेडा दे विच काफ़ी ज़्यादा पंजाबी होण करके इत्थे पंजाबी भी काफ़ी ज़्यादा बोली जाती है, पर इन्नी ज़्यादा नहीं बोली जाती जिन्नी इत्थे अंग्रेजी ते फ्रेंच बोली जाती है। बेशक कनेडा दुनिया दे वधिया देशां दे विचों इक है ते इत्थों दा लाइफ स्टाइल भी काफ़ी ज़्यादा वधिया है। सीधे शब्दां दे विच कहीए जेकर कोई अज दे टाइम कनेडा जा रहा है तो उत्थे जाके उसनू काफ़ी ज़्यादा स्ट्रगल करना पवेगा, पर जेकर कोई इंसान इस स्ट्रगल दे विचों कामयाब हो जाता है तो उसनू अगे बहुत वधिया जिंदगी मिलती है। हालांकि यह जिंदगी उसनू काफ़ी ज़्यादा महंगी जरूर पवेगी क्योंकि कनेडा दे विच जिन्ना तुहाडा एक महीने का खर्चा हुंदा है इंडिया दे विच तुसीं उन्ने पैसे दे नाल एक साल वधिया सरवाइव कर सकते हो। यह वीडियो नूं बनाउण दा मकसद किसी नूं कनेडा जाण तों रोकना जां उसनू डीमोटिवेट करना बिल्कुल भी नहीं है। इस जी कनेडा दे अज दे हालात ते तुहानूं साडी वीडियो किद्दां लगी कमेंट करके जरूर दसना ते साडे यूट्यूब दे चैनल जो टीवी नूं जरूर सबसक्राइब करना। धन्यवाद।